लाहौर की बातों की वीडियो देखने के लिए वीडियो को लाइक करें चैनल को सब्सक्राइब करें साथ में बेल आइकन पर जरूर प्रेस करें ताकि नहीं आने वाली वीडियो आप तक पहुंच सके अस्सलाम वालेकुम वालेकुम अस्सलाम हसन भाई क्या हाल है ठीक ठाक ठाकूँ हसन भाई आपको पता है पाकिस्तान में अभी एक ऐसा मैं कहता हूँ वाक्य हुआ है मरी पूरे पाकिस्तान में ट्रेंड बना हुआ है जहाँ पर टिक टॉकर भी गए थे मैं कहता हूँ और भी काफ़ी जो कि शोबा की दुनिया में लोग हैं हादसा हुआ है मुझे बताएं इस बारे में आप कोई छोटी सी राय देना चाहें अपने व्यवरशिप को ਮਤਲਬ ਉਹ ਚੀਜ਼ ਜਗ੍ਹਾ ਬਣੀ ਹੋਈ ਹੈ ਕਿ ਮਤਲਬ ਅੱਲਾ ਪਾਕ ਦੀ ਕੁਦਰਤ ਹੈ ਉੱਥੇ ਮਤਲਬ ਜਾਂਦੀ ਆ ਆਵਾਮ ਸਨੋਫਲੋ ਹੁੰਦੀ ਹੈ ਹਾਂਜੀ ਸਨੋਫਲੋ ਤੇ ਮਤਲਬ ਆਵਾਮ ਉੱਥੇ ਜਾਂਦੀ ਹੈ ਐਂਟਰਟੇਨਮੈਂਟ ਵਾਸਤੇ ਮਤਲਬ ਕਾਫੀ ਸਾਰੇ ਗਏ ਅਸੀਂ ਵੀ ਜਾਣਾ ਸੀਗਾ ਸਾਡਾ ਵੀ ਪ੍ਰੋਗਰਾਮ ਸੀਗਾ ਬਾਕੀ ਮਤਲਬ ਹਾਲਾਤ ਨਹੀਂ ਸਹੀ ਸੀਗੇ ਤੇ ਲੋਕਾਂ ਨੂੰ ਨਹੀਂ ਜਾਣਾ ਚਾਹੀਦਾ ਸੀ ਜਦੋਂ ਮਤਲਬ ਫਿਰ ਬਾਅਦ ਵਿੱਚ ਕਹਿ ਲਾ ਪੰਦੇ ਨੇ ਹਕੂਮਤ ਨੇ ਕੁਝ ਕਰ ਰਹੀ ਹਕੂਮਤ ਨੇ ਉੱਥੇ ਸੈਟਅਪ ਨਹੀਂ ਲਾਇਆ ਇਹ ਨਹੀਂ ਲਾਇਆ ਉਹ ਨਹੀਂ ਲਾਇਆ ਜਿੱਥੇ ਇੱਕ ਜਗ੍ਹਾ ਹੀ 4000 ਗੱਡੀ ਖਲੋਣ ਦੀ ਉੱਥੇ ਤੁਸੀਂ 12-15 ਲੈ ਕੇ ਜਾਣੀਆਂ ਤੇ ਫਿਰ ਨੁਕ ਤੇ ਬਾਕੀ ਭਾਈ ਮਤਲਬ احتਿਆਤ ਬਹੁਤ ਜ਼ਰੂਰੀ ਆ ਆਪੇ احتਿਆਤ ਕਰਨਾ ਚਾਹੀਦਾ ਬਾਅਦ ਜੋ ਤੁਸੀਂ ਕਿਸੇ ਨੂੰ ਕਹਿਣਾਗੇ ਇਹ ਬੰਦੇ ਨੇ ਆ ਕੰਮ ਕੀਤਾ ਗਵਰਨਮੈਂਟ ਨੇ ਆ ਨਹੀਂ ਕੀਤਾ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਅਸੀਂ ਆਪ ਹੀ ਨਹੀਂ ਸਹੀ ਹੈ ਕਿ ਜਦੋਂ ਅਸੀਂ ਆਪ ਕਰਨਾ ਵਾ ਜਦੋਂ ਅਸੀਂ ਵਿਜਣਾ ਹੋਈ ਵੜਨਾ ਤੇ ਮੈਂ ਤਾਂ ਮਤਲਬ ਇਹ ਕਵਾਂਗਾ ਕਿ ਯਾਰ ਦੇਖੋ ਕਿ ਪਹਿਲਾਂ ਤੇ ਮਤਲਬ ਸੋਚ ਸਮਝ ਕੇ ਕਦਮ ਚੱਕਿਆ ਕਰੋ ਫਿਰ ਬਾਅਦ ਦੇ ਵਿੱਚ ਹਕੂਮਤ ਨੂੰ ਕਹਿਣਾ ਪੈਂਦੇ ਹੈ ਹਕੂਮਤ ਨੇ ਨਹੀਂ ਸਹੀ ਹਕੂਮਤ ਨੇ ਨਹੀਂ ਕੀਤਾ ਤਾਂ ਸੈਟਅਪ ਨਹੀਂ ਲਾਇਆਗਾ ਉੱਥੇ ਇਹ ਦੁਨੀਆ ਆਂਦੀ ਏ ਉਹ ਹੁਣ ਹਕੂਮਤ ਨੇ ਜਦੋਂ 4000 ਦਾ ਸੈਟਅਪ ਲਾਇਆ ਤੇ ਉੱਥੇ ਦਾਸ ਦਾ ਦੋਕੀ ਨਹੀਂ ਮੰਨਦਾ ਜਾਣਦਾ ਸਹੀ ਹੈ ਨਾ ਫਿਰ ਉੱਥੇ ਆਪ ਪਾਗਲ ਹੋਈ ਫਿਰਦੀ ਆ ਗੱਡੀਆਂ 'ਚ ਸੋਈ ਜਾ ਰਹੇ ਯਾਰ ਆਪਣਾ ਬੰਦੇ ਦਾ ਮਾਈਂਡ ਹੁੰਦਾ ਨਾ ਮਰਨਾ ਤੁਸੀਂ ਹਕੂਮਤ ਨੇ ਥੋੜੀ ਮਰਨਾ ਮੈਂ ਤਾਂ ਸਾਨੂੰ ਆਣੀ ਆ ਅਸੀਂ ਆਪਣਾ احتیاط ਕਰਨਾ ਕਿ ਅਸੀਂ ਕਿੱਦਾਂ ਰਹਿਣਾ ਕੀ ਕਰਨਾ ਗੱਡੀਆਂ 'ਚ ਸੋ ਰਹੇ ਨੇ ਪਤਾ ਨਹੀਂ ਕੀ ਹੋ ਰਿਹਾ ਅੱਛਾ ਅਸਲ ਭਾਈ ਐਵੀ ਇੱਕ ਵੇਖਿਆ ਗਿਆ ਵੀਡੀਓ ਵਾਇਰਲ ਹੋਈ ਸੀ ਇੱਕ ਬੰਦੇ ਨਾਲ ਇੰਟਰਵਿਊ ਕੀਤਾ ਉੱਥੇ ਮੌਕੇ ਤੇ ਮੌਜੂਦ ਸੀ ਹਾਦਸੇ ਦਾ ਸ਼ਿਕਾਰ ਨਹੀਂ ਹੋਇਆ ਬਚ ਗਿਆ ਉਹ ਕਹਿੰਦਾ ਜਿਹੜੇ ਲੋਕਾਂ ਨੇ ਗੱਡੀ ਦੇ ਵਿੱਚ ਹੀਟਰ ਭਾਲੇ ਨੇ ਨਾ ਉਹ ਮਰੇ ਨੇ ਜਿਹੜੇ ਇਥੋਂ ਲੋਕਲ ਗਏ ਸੀ ਉਹ ਬਚ ਗਏ ਨੇ ਇਹ ਤਾਂ ਮੈਂ ਤਾਂ ਇਹ ਕਹਾਂਗਾ ਜਿਨ੍ਹਾਂ ਦੀ ਆਈ ਸੀ ਉਹ ਮਰੇ ਨੇ ਕੀਟਰ ਫੂਟਰ ਦੀ ਵਾਇਧਨ ਹੋਣੀ ਮਰੇ ਬਾਕੀ ਇਹ ਹੈ ਕਿ ਮਤਲਬ ਇੱਕ ਹੁੰਦਾ ਵਾ ਕਿ ਮਤਲਬ ਹੁਣ ਤੁਹਾਡੇ ਅੱਗੇ ਖੂਆ ਤੁਸੀਂ ਕਹੋਗੇ ਮੈਂ ਇਹਦੇ ਵਿੱਚ ਛਾਲ ਮਾਰਨ ਤਾਂ ਮੈਂ ਸ਼ਾਇਦ ਵੱਜ ਜਾਵਾਂ ਇਦਾਂ ਤਾਂ ਨਹੀਂ ਨਾ ਹੁੰਦੀ ਤੁਹਾਨੂੰ ਇhtiyat ਵੀ ਜ਼ਰੂਰੀ ਹੈ ਇhtiyat ਜਿਹੜਾ ਲਫ਼ਜ਼ ਬਣਿਆ ਵੀ ਨਹੀਂ ਬਣਿਆ ਇhtiyat ਵੀ ਕਰਨੀ ਚਾਹੀਦੀ ਬੰਦੇ ਨੂੰ ਦੇਖਣਾ ਚਾਹੀਦਾ ਕਿ ਮੈਂ ਆਹ ਕੰਮ ਕਰਾਂ ਦੇ ਵਿੱਚ ਮੇਰਾ ਫਾਇਦਾ ਇਹਦੇ ਵਿੱਚ ਮੇਰਾ ਨੁਕਸਾਨ ਉਹ ਬੰਦੇ ਮਤਲਬ ਨਹੀਂ ਉਹ ਸੀਨ ਉਹ ਨਹੀਂ ਦੇਖਦੇ ਬਾਅਦ ਚ ਕਹਿਣ ਲੱਗ ਪੈਣਗੇ ਕਿ ਇਦਾਂ ਵਾ ਮਤਲਬ ਗੱਲਬਾਤ ਮੋੜ ਕੇ ਡੇ ਗੌਰਮੈਂਟ ਦੀ ਮੁੱਕ ਜਾਂਦੀ ਹੈ ਤੇ ਅਸਨ ਬਈ ਤੁਸੀਂ ਵੀ ਤਾਂ ਜਾ ਤਾਂ ਮਤਲਬ ਬਾਕੀ ਕੋਈ ਨਹੀਂ ਅਸੀਂ ਜੇ ਨਾ ਜਾਵਾਂਗੇ ਤਾਂ ਅੱਗੇ ਮੈਨੂੰ 23 ਸਾਲ ਹੋ ਗਏ ਨੇ ਮੈਂ ਮੈਨੂੰ ਇੱਕ ਵਾਰੀ ਗਿਆ ਆਂ ਪੂਰੀ ਲਾਈਫ ਦੇ ਵਿੱਚ ਮੈਨੂੰ ਕੁਝ ਵੀ ਨਹੀਂ ਆਇਆ ਮਹੁੰਜਦਾ ਹੀ ਆਂ ਕੁਝ ਵੀ ਨਹੀਂ ਹੁੰਦਾ ਹੈਗਾ ਤੁਸੀਂ ਥੋੜਾ ਡਿਲੇ ਕਰਕੇ ਚੱਲ ਜਾਓ ਥੋੜਾ ਜਦੋਂ ਮਾਮਲਾ ਸੈੱਟ ਹੁੰਦੇ ਉਦੋਂ ਚੱਲ ਜਾਓ ਕੁਝ ਕੋਈ ਚੱਕਰ ਹੀ ਨਹੀਂ ਹੈਗਾ ਤੇ ਸਨ ਭਈ ਜਿਨ੍ਹਾਂ ਦੇ ਲੋਹੇ ਯਕੀਨ ਜਿਨ੍ਹਾਂ ਦੇ ਫੌਤ ਕੀ ਹੋਈ ਹੈ ਲੋਕਾਂ ਦੇ ਬੱਚੇ ਮਰੇ ਨੇ ਬੂੜੇ ਔਰਤਾਂ ਉਹਨਾਂ ਦੇ ਘਰਵਾਲਿਆਂ ਨੂੰ ਕੋਈ ਪਗਾਨ ਦੇਣਾ ਚਾਹੋ ਉਹਨਾਂ ਦੇ ਘਰਵਾਲਿਆਂ ਨੂੰ ਅੱਲਾ ਪਾਕ ਭਈ ਸਬਰ ਦੇਵੇ ਅੱਲਾ ਪਾਕ ਜਿਹੜੇ ਫੌਤ ਹੋਏ ਉਹਨਾਂ ਨੂੰ ਜੰਨਤ ਜਗ੍ਹਾ ਦੇ सारे ने जाना एक इन शाह जी नाजी आपने देखा असन गोल्डी आपको पता है एक शोबस की दुनिया का नाम है एक बड़े नाम रखते हैं उन्होंने फीडबैक दिया मरी सानिया पे बड़ी बात है एक टिकटॉकर होते होने के नाते एक इंसानियत के नाते ना उन्होंने एक बड़ा अच्छा पैगाम दिया इस पाकिस्तान की कौम को कि उधर अब जाने के लिए मेरा ख्याल है कि जगह पॉसिबल नहीं है हालात ख़राब हैं जाएँ लेकिन अपनी सेफ्टी के मुताबिक असन भाई की स्टोरी के लिए कमेंट करें इसी के साथ अपने मेज़बान मुदसर को जाए